ਬਹੁਤ ਹੀ ਉਤਸ਼ਾਹ ਜਿਹੜਾ ਜਿਸ ਤਰ੍ਹਾਂ ਪਾਰਾ ਵੱਧ ਰਿਹਾ ਨਾ ਕਹਿੰਦਾ ਗਰਮੀ ਦੇ ਟੈਂਪਰੇਚਰ 50 ਡਿਗਰੀ ਨੂੰ, ਉਸੇ ਤਰ੍ਹਾਂ ਹੀ ਲੋਕਾਂ ਦਾ ਉਤਸ਼ਾਹ ਵਧੀ ਤੁਰੇ ਜਾਂਦਾ। ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ, ਹਨੇਰੀ ਆਈ ਪਈ ਹੈ, ਲੋਕਾਂ ਨੇ ਇੱਕ ਵਹਿਮ ਜਿਹਾ ਫੈਲਾ ਰੱਖਿਆ ਸੀਗਾ ਸ਼ਹਿਰਾਂ 'ਚ ਹੈ ਜੀ ਬੀਜੇਪੀ, ਦੇਖਿਓ ਪਿੰਡਾਂ 'ਚੋਂ ਕੀ ਨਿਕਲਦਾ। ਲੋਕਾਂ ਦੀ ਅੱਖ ਹੈ ਨਾ ਭਗਵੰਤ ਮਾਨ ਹੋਰਾਂ ਦੀ, ਕਾਂਗਰਸੀਆਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ, ਇਹਨਾਂ ਨੂੰ ਪਤਾ ਲੱਗੂਗਾ ਵੀ ਲੋਕ ਕਿਵੇਂ ਭਰੇ ਬੈਠੇ ਆ। ਖਾਸ ਤੌਰ 'ਤੇ ਸਾਡਾ ਗਰੀਬ ਭਰਾ ਜਿਹੜਾ ਜਿਨ੍ਹਾਂ ਨੂੰ ਰਾਸ਼ਨ ਫਰੀ ਆ ਰਿਹਾ, ਜਿਨ੍ਹਾਂ ਨੂੰ ਕਿਸਾਨ ਸਨਮਾਨ ਦੇ 6-6 ਹਜ਼ਾਰ ਰੁਪਈਏ ਆ ਰਹੇ, ਜਿਨ੍ਹਾਂ ਦੇ ਮਕਾਨ ਪੱਕੇ ਬਣੇ, ਜਿਨ੍ਹਾਂ ਦੇ ਘਰੇ ਟੋਇਲਟ ਬਣੇ, ਉਹ ਤਾਂ ਡਿੱਗੀ ਜਾਂਦੇ ਆ। ਜਿਨ੍ਹਾਂ ਇਹਨਾਂ ਦੇ ਅੱਗੇ ਭੇਜੇ ਹੋਏ ਜਿਹੜੇ ਉਹ ਜਥੇਬੰਦੀਆਂ ਦੇ ਧੱਕੇ ਨਾਲ ਜਿਹੜਾ ਖੌਤੀ ਲੀਡਰ ਹੈ, ਜਿਨ੍ਹਾਂ ਸਾਡੇ ਕੈਂਡੀਡੇਟਸ ਨੂੰ ਰੋਕਦੇ ਆ, ਉਹਨਾਂ ਹੀ ਲੋਕਾਂ ਦੇ ਅੰਦਰ ਉਤਸ਼ਾਹ ਵਧੀ ਜਾ ਰਿਹਾ ਪਿੰਡਾਂ 'ਚ ਵੀ ਅਸੀਂ ਸਬਕ ਸਿਖਾਵਾਂਗੇ। ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਿੰਡਾਂ ਦੇ ਅੰਦਰ 2 ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਬਰਨਾਲੇ ਦੇ ਅੰਦਰ ਵਪਾਰੀ ਅਤੇ ਕਿਸਾਨ ਦੇ ਅੰਦਰ ਫਰਿਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅੱਜ ਦੇ ਰੋਡ ਸ਼ੋਅ ਦਾ ਇੱਕ ਪ੍ਰਨਾਮਾ ਹੈ ਵੀ ਅੱਜ ਘੱਟੋ ਘੱਟ ਭਗਵੰਤ ਮਾਨ ਜੀ ਜਾਗੇ ਹੈ, ਅੱਜ ਉਹ ਬਰਨਾਲੇ ਮੇਰੇ ਮਗਰ ਮਗਰ ਪੈੜਨ ਭੀ ਆ ਰਹੇ ਹੈ। ਉਦੋਂ ਨਹੀਂ ਆਏ ਸਾਹਿਬ ਜਦੋਂ ਇੱਥੇ ਕਿਸਾਨ ਅਤੇ ਵਪਾਰੀ ਆਪਸ 'ਚ ਜਮ੍ਹਾਂ ਡਾਂਗਾਂ ਕੱਢੀ ਖੜ੍ਹੇ ਸੀਗੇ, ਫਰਜ਼ ਬਣਦਾ ਸੀਗਾ। ਉਹਨਾਂ ਨੇ ਜਾਣ ਬੁੱਝ ਕੇ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਕਰਵਾ ਰਹੇ ਹੈ, ਬਹੁਤ ਹੀ ਸ਼ਰਮਨਾਕ ਹੈ। ਪਰ ਮੈਂ ਸਮਝਦਾ ਸਮਾਂ ਆ ਗਿਆ ਹੁਣ, ਅੱਜ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਭਗਵੰਤ ਮਾਨ ਜੀ ਅਤੇ ਕੇਜਰੀਵਾਲ ਸਾਹਿਬ ਦੀ। ਅੱਜ ਜਿਹੜੇ ਭਗਵੰਤ ਮਾਨ ਜੀ ਕਿੱਕਲੀਆਂ ਗਾਉਂਦੇ ਸੀ, ਛੱਲੇ ਗਾਉਂਦੇ ਸੀ, ਅੱਜ ਸੁਰਤਾਲ ਨਹੀਂ ਸੀ ਰਲ ਰਹੀ। ਉਹਨੇ ਵਾਰੀ ਵਾਰੀ ਟਿੱਬੀਆਂ ਜੀ ਖਾ ਰਹੇ ਸੀ ਗੱਲ ਕਰਦੇ ਕਰਦੇ, ਕਿਉਂਕਿ ਕਹਿੰਦੇ ਮੈਨੂੰ ਅਮਿਤ ਸ਼ਾਹ ਜੀ ਕੱਲ੍ਹ ਧਮਕੀ ਦੇ ਕੇ ਗਏ ਹੈ। ਭਗਵੰਤ ਮਾਨ ਜੀ ਧਮਕੀ ਤਾਂ ਅਜੇ ਕਿਸੇ ਨੇ ਦਿੱਤੀ ਨਹੀਂ, ਅਜੇ ਤਾਂ ਅਮਿਤ ਸ਼ਾਹ ਜੀ ਨੇ ਸਿਰਫ ਸ਼ੀਸ਼ਾ ਦਿਖਾਇਆ ਅਤੇ ਸ਼ੀਸ਼ਾ ਦਿਖਾਇਆ ਵੀ ਜਿਸ ਤਰ੍ਹਾਂ ਤੁਹਾਡੇ ਤੋਂ 7 ਆਪਣੇ ਉਹ ਜਿਹੜੇ ਰਾਜ ਸਭਾ ਵਾਲੇ ਮੈਂਬਰ ਨਹੀਂ ਸਾਹਮਣੇ ਗਏ, ਅਤੇ ਜਿਸ ਦਿਨ 1 ਤਰੀਕ ਨੂੰ ਵਾਪਸ ਕੇਜਰੀਵਾਲ ਸਾਹਿਬ ਤਿਆੜ ਗਏ, ਇਹ ਤੁਹਾਡੇ 92 ਵਾਲਾ ਜਿਹੜਾ ਟੋਲਾ ਨਾ ਆਹ ਵੀ ਖੇਰੂ ਖੇਰੂ ਹੋਊਗਾ, ਤੁਸੀਂ ਆਪਣੇ ਵਜਨ ਨਾਲ ਡਿੱਗੋਗੇ। ਪਰ ਅੱਜ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣ ਰਿਹਾ ਸੀਗਾ, ਜਿਸ ਤਰ੍ਹਾਂ ਉਹਨਾਂ ਦੀ ਤਾਲ ਸੁਰ ਰਲ ਨਹੀਂ ਰਹੀ ਸੀ, ਮੈਨੂੰ ਯਾਦ ਆ ਗਏ ਕਾਂਗਰਸ ਵਾਲੇ ਉਹ ਉਹਨਾਂ ਦੇ ਸਾਡੇ ਅਪੋਜੀਸ਼ਨ ਲੀਡਰ ਅਤੇ ਕਾਂਗਰਸ ਪ੍ਰਧਾਨ ਹੋ ਰਹੀ ਅਤੇ ਸੁਖਜਿੰਦਰ ਰੰਧਾਵਾ ਹੋ ਰਹੀ, ਜੋ ਉਹਨਾਂ ਦੀ ਦੁਰਗਤ ਹੁੰਦੀ ਸੀ ਜਦੋਂ ਭਗਵੰਤ ਮਾਨ ਉਹਨਾਂ ਨੂੰ ਅੱਖਾਂ ਦਿਖਾਉਂਦੇ ਸੀ ਵੀ ਮੇਰੀ ਆਂਖ ਮੈਂ ਆਂਖ ਪਾ ਕੇ ਗੱਲ ਕਰੋ, ਉਹੀ ਹੱਲ ਅੱਜ ਭਗਵੰਤ ਮਾਨ ਜੀ ਦਾ ਹੋਇਆ ਖੜਾ ਸੀਗਾ। ਅੱਜ ਤਾਂ ਹੀ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਹੀ ਨਹੀਂ ਭਗਵੰਤ ਮਾਨ ਜੀ ਮੇਰੀ ਆਂਖ ਮੈਂ ਆਂਖ ਡਾਲ ਕੇ ਕਰੋ ਬਾਤ, ਅੱਜ ਤਾਂ ਹੀ ਕਿਹਾ ਵੀ ਸ਼ੀਸ਼ਾ ਦੇਖ ਲਓ ਕਿੱਥੇ ਖੜ੍ਹੇ ਹੋ, ਇਹ ਗਏ ਹੈ ਅਤੇ ਰਸਤਾ ਤਿਆੜ ਦਾ, ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਰਸਤਾ ਵੀ ਉੱਥੇ ਹੀ ਜਾਊਗਾ, ਕਰਪਸ਼ਨ 'ਤੇ ਨਕੇਲ ਪਾਵਾਂਗੇ, ਤੁਹਾਡੇ ਤੋਂ ਨਹੀਂ ਪਾਉਂਦੀ ਤਾਂ ਅਸੀਂ ਪਾ ਕੇ ਦਿਖਾਵਾਂਗੇ। ਪੰਜਾਬ ਵਾਸਤੇ ਸ਼ੁਭ ਸੰਕੇਤ ਹੈ ਵੀ ਆਹ ਜਿਹੜੀ ਠੱਗੀ ਹੋ ਰਹੀ ਹੈ ਪੰਜਾਬ ਦੀ ਜਨਤਾ ਦੇ ਨਾਲ, ਉਹਦੇ 'ਤੇ ਫੁੱਲ ਸਟਾਪ ਲੱਗੂਗਾ। ਇਹਨਾਂ ਨੂੰ ਚੇਤਾ ਹੋਊਗਾ ਵੀ ਉੱਤੇ ਕੇਂਦਰ 'ਚ ਸਰਕਾਰ ਬੈਠੀ ਤੁਹਾਡੇ 'ਤੇ ਨਿਗਾਹ ਰੱਖ ਰਹੀ ਹੈ, ਤੁਹਾਡੀ ਆ ਜਿਹੜੀ ਬੇਈਮਾਨੀਆਂ ਬੰਦ ਕਰਾਂਗੇ। ਬਹੁਤ ਹੀ ਉਤਸ਼ਾਹ ਜਿਹੜਾ ਜਿਸ ਤਰ੍ਹਾਂ ਪਾਰਾ ਵੱਧ ਰਿਹਾ ਨਾ ਕਹਿੰਦਾ ਗਰਮੀ ਦੇ ਟੈਂਪਰੇਚਰ 50 ਡਿਗਰੀ ਨੂੰ, ਉਸੇ ਤਰ੍ਹਾਂ ਹੀ ਲੋਕਾਂ ਦਾ ਉਤਸ਼ਾਹ ਵਧੀ ਤੁਰੇ ਜਾਂਦਾ। ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ, ਹਨੇਰੀ ਆਈ ਪਈ ਹੈ, ਲੋਕਾਂ ਨੇ ਇੱਕ ਵਹਿਮ ਜਿਹਾ ਫੈਲਾ ਰੱਖਿਆ ਸੀਗਾ ਸ਼ਹਿਰਾਂ 'ਚ ਹੈ ਜੀ ਬੀਜੇਪੀ, ਦੇਖਿਓ ਪਿੰਡਾਂ 'ਚੋਂ ਕੀ ਨਿਕਲਦਾ। ਲੋਕਾਂ ਦੀ ਅੱਖ ਹੈ ਨਾ ਭਗਵੰਤ ਮਾਨ ਹੋਰਾਂ ਦੀ, ਕਾਂਗਰਸੀਆਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ, ਇਹਨਾਂ ਨੂੰ ਪਤਾ ਲੱਗੂਗਾ ਵੀ ਲੋਕ ਕਿਵੇਂ ਭਰੇ ਬੈਠੇ ਆ। ਖਾਸ ਤੌਰ 'ਤੇ ਸਾਡਾ ਗਰੀਬ ਭਰਾ ਜਿਹੜਾ ਜਿਨ੍ਹਾਂ ਨੂੰ ਰਾਸ਼ਨ ਫਰੀ ਆ ਰਿਹਾ, ਜਿਨ੍ਹਾਂ ਨੂੰ ਕਿਸਾਨ ਸਨਮਾਨ ਦੇ 6-6 ਹਜ਼ਾਰ ਰੁਪਈਏ ਆ ਰਹੇ, ਜਿਨ੍ਹਾਂ ਦੇ ਮਕਾਨ ਪੱਕੇ ਬਣੇ, ਜਿਨ੍ਹਾਂ ਦੇ ਘਰੇ ਟੋਇਲਟ ਬਣੇ, ਉਹ ਤਾਂ ਡਿੱਗੀ ਜਾਂਦੇ ਆ। ਜਿਨ੍ਹਾਂ ਇਹਨਾਂ ਦੇ ਅੱਗੇ ਭੇਜੇ ਹੋਏ ਜਿਹੜੇ ਉਹ ਜਥੇਬੰਦੀਆਂ ਦੇ ਧੱਕੇ ਨਾਲ ਜਿਹੜਾ ਖੌਤੀ ਲੀਡਰ ਹੈ, ਜਿਨ੍ਹਾਂ ਸਾਡੇ ਕੈਂਡੀਡੇਟਸ ਨੂੰ ਰੋਕਦੇ ਆ, ਉਹਨਾਂ ਹੀ ਲੋਕਾਂ ਦੇ ਅੰਦਰ ਉਤਸ਼ਾਹ ਵਧੀ ਜਾ ਰਿਹਾ ਪਿੰਡਾਂ 'ਚ ਵੀ ਅਸੀਂ ਸਬਕ ਸਿਖਾਵਾਂਗੇ। ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਿੰਡਾਂ ਦੇ ਅੰਦਰ 2 ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਬਰਨਾਲੇ ਦੇ ਅੰਦਰ
ਵਪਾਰੀ ਅਤੇ ਕਿਸਾਨ ਦੇ ਅੰਦਰ ਫਰਿਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦੇ ਰੋਡ ਸ਼ੋਅ ਦਾ ਇੱਕ ਪਰਿਣਾਮ ਆ ਹੈ ਵੀ ਅੱਜ ਘੱਟੋ ਘੱਟ ਭਗਵੰਤ ਮਾਨ ਜੀ ਜਾਗੇ ਹੈ। ਅੱਜ ਉਹ ਬਰਨਾਲੇ ਮੇਰੇ ਮਗਰ ਮਗਰ ਪੈੜ ਨੱਪੀ ਆ ਰਹੇ ਹੈ। ਉਦੋਂ ਨਹੀਂ ਆਏ ਸਾਹਿਬ ਜਦੋਂ ਇੱਥੇ ਕਿਸਾਨ ਅਤੇ ਵਪਾਰੀ ਆਪਸ 'ਚ ਜਮ੍ਹਾਂ ਡਾਂਗਾਂ ਕੱਢੀ ਖੜ੍ਹੇ ਸੀਗੇ, ਫਰਜ਼ ਬਣਦਾ ਸੀਗਾ। ਉਹਨਾਂ ਨੇ ਜਾਣ ਬੁੱਝ ਕੇ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਕਰਵਾ ਰਹੇ ਹੈ, ਬਹੁਤ ਹੀ ਸ਼ਰਮਨਾਕ ਹੈ। ਪਰ ਮੈਂ ਸਮਝਦਾ ਸਮਾਂ ਆ ਗਿਆ ਹੁਣ। ਅੱਜ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ, ਭਗਵੰਤ ਮਾਨ ਜੀ ਅਤੇ ਕੇਜਰੀਵਾਲ ਸਾਹਿਬ ਦੀ। ਅੱਜ ਜਿਹੜੇ ਭਗਵੰਤ ਮਾਨ ਜੀ ਕਿੱਕਲੀਆਂ ਗਾਉਂਦੇ ਸੀ, ਛੱਲੇ ਗਾਉਂਦੇ ਸੀ, ਅੱਜ ਸੁਰਤਾਲ ਨਹੀਂ ਸੀ ਰਲ ਰਹੀ। ਉਹਨੇ ਵਾਰੀ ਵਾਰੀ ਟਿੱਬੀਆਂ ਜੀ ਖਾ ਰਹੇ ਸੀ ਗੱਲ ਕਰਦੇ ਕਰਦੇ, ਕਿਉਂਕਿ ਕਹਿੰਦੇ ਮੈਨੂੰ ਅਮਿਤ ਸ਼ਾਹ ਜੀ ਕੱਲ੍ਹ ਧਮਕੀ ਦੇ ਕੇ ਗਏ ਹੈ। ਭਗਵੰਤ ਮਾਨ ਜੀ ਧਮਕੀ ਤਾਂ ਅਜੇ ਕਿਸੇ ਨੇ ਦਿੱਤੀ ਨਹੀਂ, ਇੱਥੇ ਤਾਂ ਅਮਿਤ ਸ਼ਾਹ ਜੀ ਨੇ ਸਿਰਫ ਸ਼ੀਸ਼ਾ ਦਿਖਾਇਆ ਹੈ। ਅਤੇ ਸ਼ੀਸ਼ਾ ਦਿਖਾਇਆ ਵੀ ਜਿਸ ਤਰ੍ਹਾਂ ਤੁਹਾਡੇ ਤੋਂ ਸੱਤ ਆਪਣੇ ਉਹ ਜਿਹੜੇ ਰਾਜ ਸਭਾ ਵਾਲੇ ਮੈਂਬਰ ਨਹੀਂ ਸਾਹਮਣੇ ਗਏ, ਅਤੇ ਜਿਸ ਦਿਨ 1 ਤਰੀਕ ਨੂੰ ਵਾਪਸ ਕੇਜਰੀਵਾਲ ਸਾਹਿਬ ਤਿਆੜ ਗਏ, ਇਹ ਤੁਹਾਡੇ 92 ਵਾਲਾ ਜਿਹੜਾ ਟੋਲਾ ਨਾ, ਆਹ ਵੀ ਖੇਰੂ ਖੇਰੂ ਹੋਊਗਾ, ਤੁਸੀਂ ਆਪਣੇ ਵਜਨ ਨਾਲ ਡਿੱਗੋਗੇ। ਪਰ ਅੱਜ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣ ਰਿਹਾ ਸੀਗਾ, ਜਿਸ ਤਰ੍ਹਾਂ ਉਹਨਾਂ ਦੀ ਤਾਲ ਸੁਰ ਰਲ ਨਹੀਂ ਰਹੀ ਸੀ, ਮੈਨੂੰ ਯਾਦ ਆ ਗਏ ਕਾਂਗਰਸ ਵਾਲੇ, ਉਹ ਉਹਨਾਂ ਦੇ ਸਾਡੇ ਅਪੋਜੀਸ਼ਨ ਲੀਡਰ ਅਤੇ ਕਾਂਗਰਸ ਪ੍ਰਧਾਨ ਹੋ ਰਹੀ ਅਤੇ ਸੁਖਜਿੰਦਰ ਰੰਧਾਵਾ ਹੋ ਰਹੀ, ਜੋ ਉਹਨਾਂ ਦੀ ਦੁਰਗਤ ਹੁੰਦੀ ਸੀ ਜਦੋਂ ਭਗਵੰਤ ਮਾਨ ਉਹਨਾਂ ਨੂੰ ਅੱਖਾਂ ਦਿਖਾਉਂਦੇ ਸੀ ਵੀ ਮੇਰੀ ਆਂਖ ਮੈਂ ਆਂਖ ਪਾ ਕੇ ਗੱਲ ਕਰੋ, ਉਹੀ ਹੱਲ ਅੱਜ ਭਗਵੰਤ ਮਾਨ ਜੀ ਦਾ ਹੋਇਆ ਖੜਾ ਸੀਗਾ। ਅੱਜ ਤਾਂ ਹੀ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਹੀ ਨਹੀਂ ਭਗਵੰਤ ਮਾਨ ਜੀ ਮੇਰੀ ਆਂਖ ਮੈਂ ਆਂਖ ਡਾਲ ਕੇ ਕਰੋ ਬਾਤ, ਅੱਜ ਤਾਂ ਕਿਹਾ ਵੀ ਸ਼ੀਸ਼ਾ ਦੇਖ ਲਓ ਕਿੱਥੇ ਖੜ੍ਹੇ ਹੋ, ਇਹ ਗਏ ਹੈ ਅਤੇ ਰਸਤਾ ਤਿਆੜ ਦਾ, ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਰਸਤਾ ਵੀ ਉੱਥੇ ਹੀ ਜਾਊਗਾ। ਕਰਪਸ਼ਨ 'ਤੇ ਨਕੇਲ ਪਾਵਾਂਗੇ, ਤੁਹਾਡੇ ਤੋਂ ਨਹੀਂ ਪਾਉਂਦੀ ਤਾਂ ਅਸੀਂ ਪਾ ਕੇ ਦਿਖਾਵਾਂਗੇ। ਪੰਜਾਬ ਵਾਸਤੇ ਸ਼ੁਭ ਸੰਕੇਤ ਹੈ ਵੀ ਆਹ ਜਿਹੜੀ ਠੱਗੀ ਹੋ ਰਹੀ ਹੈ ਪੰਜਾਬ ਦੀ ਜਨਤਾ ਦੇ ਨਾਲ, ਉਹਦੇ 'ਤੇ ਫੁੱਲ ਸਟਾਪ ਲੱਗੂਗਾ। ਇਹਨਾਂ ਨੂੰ ਚੇਤਾ ਹੋਊਗਾ ਵੀ ਉੱਤੇ ਕੇਂਦਰ 'ਚ ਸਰਕਾਰ ਬੈਠੀ ਤੁਹਾਡੇ 'ਤੇ ਨਿਗ੍ਹਾ ਰੱਖ ਰਹੀ ਹੈ, ਤੁਹਾਡੀ ਆ ਜਿਹੜੀ ਬੇਈਮਾਨੀਆਂ ਬੰਦ ਕਰਾਂਗੇ।